ਗਲੀ ਦੇ ਵਿੱਚ ਆਪਣੇ ਪਰਿਵਾਰ ਦੇ ਨਾਲ ਖੜੇ ਇਸ ਨੌਜਵਾਨ ਤੇ ਕੁਝ ਲੋਕਾਂ ਦੇ ਵੱਲੋਂ ਹਮਲਾ ਕਰ ਦਿੱਤਾ ਜਾਂਦਾ ਹੈ, ਜਿਸ ਦੌਰਾਨ ਇਸ ਲੜਕੇ ਨੂੰ ਡੂੰਘੀਆਂ ਸੱਟਾਂ ਲੱਗੀਆਂ ਨੇ, ਟਾਂਕੇ ਤੱਕ ਲੱਗੇ ਨੇ। ਦੱਸਿਆ ਜਾ ਰਿਹਾ ਹੈ ਕਿ ਪਹਿਲਾਂ ਦੋ ਮੁੰਡਿਆਂ ਦੀ ਲੜਾਈ ਹੁੰਦੀ ਹੈ, ਜਿਸ ਤੋਂ ਬਾਅਦ ਦੂਜੀ ਧਿਰ ਦੇ ਵੱਲੋਂ ਇਸ ਮੁੰਡੇ ਤੇ ਅਟੈਕ ਕਰ ਦਿੱਤਾ ਜਾਂਦਾ ਹੈ, ਹਮਲਾ ਕੀਤਾ ਜਾਂਦਾ, ਉਸਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਜਾਂਦੀ ਹੈ। ਕੁੱਟਮਾਰ ਦੀ ਸੀਸੀਟੀਵੀ ਵੀਡੀਓ ਸਾਹਮਣੇ ਆਈ ਹੈ, ਜਿਸ ਦੇ ਵਿੱਚ ਇਹ ਨੌਜਵਾਨ ਆਪਣੇ ਪਰਿਵਾਰ ਦੇ ਨਾਲ ਗਲੀ ਦੇ ਵਿੱਚ ਖੜਾ ਗੱਲਬਾਤ ਕਰ ਰਿਹਾ ਹੁੰਦਾ ਹੈ, ਤਾਂ ਉਧਰੋਂ ਹੀ ਇੱਕ ਔਰਤ ਦੇ ਵੱਲੋਂ ਆ ਕੇ ਉਸਨੂੰ ਚਪੇੜਾ ਮਾਰਨੀਆਂ ਸ਼ੁਰੂ ਕਰ ਦਿੱਤੀਆਂ ਜਾਂਦੀਆਂ ਨੇ। ਇਹ ਔਰਤ ਇਕੱਲੀ ਨਹੀਂ ਹੁੰਦੀ, ਬਲਕਿ ਇਸ ਦੇ ਨਾਲ ਦੋ ਹੋਰ ਸਾਥੀ ਵੀ ਹੁੰਦੇ ਨੇ, ਜੋ ਉਸਨੂੰ ਲੜਕੇ ਨੂੰ ਫੜ ਕੇ ਰੱਖਦੇ ਨੇ ਤੇ ਇਹ ਔਰਤ ਲਗਾਤਾਰ ਉਸਦੇ ਚਪੇੜਾ ਮਾਰਦੀ ਹੈ। ਦਰਅਸਲ ਇਹ ਉਸੇ ਹੀ ਲੜਕੇ ਦੀ ਮਾਂ ਆ, ਜਿਸ ਨਾਲ ਇਸ ਲੜਕੇ ਦੀ ਲੜਾਈ ਹੋਈ ਸੀ। ਇਹ ਕੁੱਟਮਾਰ ਇੱਥੇ ਨਹੀਂ ਰੁਕਦੀ, ਬਲਕਿ ਇਸ ਲੜਕੇ ਨੂੰ ਬਾਜ਼ਾਰ ਦੇ ਵਿੱਚ ਲਿਜਾ ਕੇ ਵੀ ਬੈਟ ਦੇ ਨਾਲ ਕੁੱਟਿਆ ਜਾਂਦਾ ਹੈ, ਡੰਡਿਆਂ ਦੇ ਨਾਲ ਕੁੱਟਮਾਰ ਕੀਤੀ ਜਾਂਦੀ ਹੈ ਤੇ ਪਰਿਵਾਰ ਦੇ ਵੱਲੋਂ ਬੜੀ ਮੁਸ਼ਕਲ ਦੇ ਨਾਲ ਉਸਨੂੰ ਛੁਡਾਇਆ ਜਾਂਦਾ ਹੈ। ਨੌਜਵਾਨ ਦੇ ਇਸ ਕਦਰ ਸੱਟਾਂ ਲੱਗੀਆਂ ਨੇ ਕਿ ਉਸਨੂੰ ਟਾਂਕੇ ਤੱਕ ਲਗਵਾਉਣੇ ਪਏ ਨੇ। ਇਹ ਮਾਮਲਾ ਚੰਡੀਗੜ੍ਹ ਦੇ ਸੈਕਟਰ 52 ਦਾ ਦੱਸਿਆ ਜਾ ਰਿਹਾ ਹੈ, ਜਿੱਥੇ ਦੋ ਨੌਜਵਾਨਾਂ ਦੀ ਆਪਸੀ ਲੜਾਈ ਇਸ ਕਦਰ ਵੱਧ ਗਈ ਕਿ ਪਰਿਵਾਰ ਨੇ ਹੀ ਆ ਕੇ ਦੂਸਰੇ ਪਰਿਵਾਰ ਤੇ ਹਮਲਾ ਕਰ ਦਿੱਤਾ ਹੈ। ਨੌਜਵਾਨ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਜਾਂਦੀ ਹੈ, ਪਹਿਲਾਂ ਤਾਂ ਘਰ ਦੇ ਬਾਹਰ ਉਸਨੂੰ ਚਪੇੜਾਂ ਮਾਰੀਆਂ ਜਾਂਦੀਆਂ, ਫਿਰ ਰੌਡ ਤੇ ਡੰਡੇ ਲੈ ਕੇ ਵੀ ਉਸਦੀ ਕੁੱਟਮਾਰ ਕੀਤੀ ਜਾਂਦੀ ਹੈ। ਫਿਲਹਾਲ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ ਹੈ ਤੇ ਸੀਸੀਟੀਵੀ ਫੁਟੇਜ ਦੇ ਆਧਾਰ ਤੇ ਹੀ ਪੁਲਿਸ ਦੇ ਵੱਲੋਂ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ।